ਦਾ 11 ਵਜੇ ਕੋਲ ਆਇਆ ਮਿਲਿਆ ਦੋ ਲਿਫਾਫੇ ਕਰਨਾ ਤੇ ਖੇਤ ਦੇ ਵਿੱਚ ਇਹ ਲਿਖਿਆ ਹੋਇਆ ਕਿ ਜਨਾਬ ਤੁਸੀਂ ਤਹਿਰੀਕ ਦੇ ਹਿੱਸਾ ਨਾ ਲਿਓ ਇਹ ਨਾ ਆਦੇ ਕਿ ਤੁਸੀਂ ਸਾਡੀ ਮਦਦ ਕਰੋ ਤੁਸੀਂ ਸਿਰਫ ਤਹਿਰੀਕ ਦੇ ਹਿੱਸਾ ਨਾ ਲਿਓ ਆਏ ਹਕੀਰ ਜਿਹਾ ਨਜ਼ਰਾਨਾ ਹਕੀਰ ਜਿਹਾ ਨਜ਼ਰਾਨਾ ਕਿਹਾ ਬਲੈਂਡ ਚੈੱਕ ਗੌਰਮੈਂਟ ਬਰਤਾਨੀਆ ਦਾ ਦਸਤ ਵਜ਼ੀਰ ਆਜ਼ਮ ਹੁਣ ਗੌਰਮੈਂਟ ਬਰਤਾਨੀਆ ਦਾ ਬਲੈਂਡ ਚੈੱਕ ਹੋਵੇ ਤੇ ਦਸਤ ਹੋਵੇ ਗੌਰਮੈਂਟ ਬਰਤਾਨੀ ਵਜ਼ੀਰ ਆਜ਼ਮ ਨੂੰ ਤੇ ਕੋਕਾ ਵਾਲ ਮੁੱਕ ਵੀ ਨਾ ਹਿੰਸਾ ਤੁਹਾਡਾ ਵਿਸ਼ਾ ਸਿਫਰ ਲਾਈ ਵਜੋ ਦੂਆ ਖਤ ਆਪ ਪੜਿਆ ਉਹਦੇ ਵਿੱਚ ਲਿਖਿਆ ਜੀ ਅਗਰ ਤੁਸੀਂ ਸਾਡਾ ਨਜ਼ਰਾਨਾ ਕਬੂਲ ਨਾ ਕੀਤਾ ਸਾਡਾ ਆਖ ਨਾ ਮੰਨਿਆ ਤਾਂ ਅਸਾਂ ਕੁਛ ਵੀ ਕਰ ਸਕਦੇ ਹਾਂ ਉਹ ਧਮਕੀ ਆ ਮੇਰੇ ਨਾਲ ਆਪ ਦੁਆ ਨੂੰ ਲਪੇਟ ਕੇ ਨਾ ਅੰਦਾਜ਼ਾ ਫਰਮਾ ਉਹਦੇ ਕਿਰਦਾਰ ਦਾ ਲਪੇਟ ਕੇ ਅੱਗ ਦੇ ਵਿੱਚ ਸੜ ਦਿੱਤਾ ਉਹ ਹੱਕਾ ਬੱਕਾ ਹੋ ਗਿਆ ਗੌਰਮੈਂਟ ਬਰਤਾਨੀਆ ਦਾ ਬ੍ਰਾਂਡ ਚੈੱਕ ਕੇ ਅੱਗ ਦੇ ਸੜ ਦਿੱਤਾ ਅੱਛਾ ਉਹ ਉੱਠ ਕਰੋ ਦੋਸਤ ਆਪ ਫਰਮਾਇਆ ਵਹਿੰਦਾ ਪਿਆ ਇਹ ਗੱਲ ਦੱਸ ਆਪ ਤੋਂ ਲਿਖੇ ਦਾ ਰਿਆਤ ਨੂੰ ਕਿ ਜਿਤਨੇ ਨਾਮ ਹੈ ਅੱਲਾਹ ਤਾਲਾ ਦੇ ਪੜੇ ਨੂੰ ਉਹਦੇ ਖਿਦਰ ਯਾਦ ਨਾ ਕਰੋ ਜੋ ਕੁਛ ਕਰਦਾ ਅੱਲਾਹ ਤਾਲਾ ਕਰਦਾ ਉਹਦੇ ਇਮਤਿਹਾਨ ਹੈ ਇਮਤਿਹਾਨ ਹੀ ਨਾ ਪਾਇਆ ਚੱਲ ਮੈਂ ਤਾਂ ਮੱਛੀ ਦੇ ਡੇਢ ਹੀ ਪਾ ਛੁੜੇ ਦਾ ਚਿਰਾ ਛੁੜੇ ਦਾ ਅੱਗ ਸੜਕ ਦੇ ਦਾ ਮਾਲਿਕ ਦੀ ਮਰਜ਼ੀ ਹੈ ਨਾ ਇਹ ਗੱਲ ਹੈ ਨਾ ਸਿਰੀ ਤਾਂ ਹਾਲਾਤ ਆ ਇਹ ਗੱਲ ਹੈ ਨਾ ਇਤਨੀ ਸਾਰੀ ਜੀਬ ਨਹੀਂ ਹਲਦੀ ਤਾਂ ਐਡਾ ਕੋਪਰ ਹਲਾ ਲੈਣਾ